ਹਾਂਜੀ, ਚੌਥੀਵਾਂ ਚੈਪਟਰ ਜਿਹੜਾ ਵੈਬ ਪਤੈਂਤੇ ਦਾ ਹੈਗਾ, ਉਹਦੇ 'ਚ ਆਪਾਂ 924 ਕਰ ਲਿਆ ਸੀ, 925 ਨੰਬਰ ਆਪਾਂ ਕਰਨ ਲੱਗੇ ਹਾਂ, ਅਤੇ ਉਹੀ ਆਪਾਂ ਜਦੋਂ ਕਰੀਏ ਤਾਂ ਜੇ ਆਪਣਾ 25 ਚੈਪਟਰਾਂ 'ਚ ਦੇਖੀਏ ਤਾਂ 23ਵੇਂ ਚੈਪਟਰ 'ਚ ਅਟੈਂਸ਼ਨ ਵਾਲਾ ਚੈਪਟਰ ਹੈ। ਕੋਈ ਵੀ ਦੇਖ ਲਿਆ ਆਪਣੀ ਕਿਤਾਬ 'ਚ ਅਟੈਂਸ਼ਨ ਵਾਲਾ ਚੈਪਟਰ, ਅਤੇ ਇਹ ਆਪਾਂ ਕਰਦੇ ਹਾਂ ਇਹਦਾ 925 ਨੰਬਰ। ਇਹ ਵੀ ਅਟੈਂਸ਼ਨ ਦਾ ਹੀ ਹੈ, ਤਾਂ ਇਹਦੇ ਸਵਾਲ ਇੱਕ ਵਾਰ ਕਰਕੇ ਫਿਰ ਰਿਪੀਟ ਕਰ ਲਾਂਗੇ। ਤਾਂ ਪਹਿਲਾ ਵਾਲਾ ਸਵਾਲ ਹੈ, ਦਿਸ ਤਰ੍ਹਾਂ ਸੀ, ਦੇਖੋ ਦਿਸ ਤਰ੍ਹਾਂ ਸੀ ਉਹਨੇ ਹੁੰਦਾ ਧਿਆਨ ਭਟਕਣਾ, ਇੱਥੇ ਜਿਸ ਤਰ੍ਹਾਂ ਸੀ ਵੀ ਧਿਆਨ ਭਟਕਣਾ, ਕਈ ਵਾਰ ਕਾਹਲਾ ਪੈਣਾ ਵੀ ਬੰਦਾ ਹੋ ਜਾਂਦਾ ਨਾ, ਜਿੱਦਾਂ ਜ਼ਿਆਦਾ ਉਹ ਧੀਰਜ ਖੋ ਦਿੰਦਾ ਬੰਦਾ ਆਪਣਾ, ਉਹਨੂੰ ਚੀਜ਼ ਨੂੰ ਜਿਸ ਤਰ੍ਹਾਂ ਸੀ ਕਹਿੰਦੇ, ਕਾਹਲਾ ਪੈਣਾ, ਵਿਚਲਿਤ ਹੋਣਾ ਅਤੇ ਧਿਆਨ ਭਟਕਣਾ ਕਹਿ ਲਓ। ਤਾਂ ਧਿਆਨ ਕਿੱਦਾਂ ਭਟਕ ਸਕਦਾ? ਇਹ ਪਹਿਲੀ ਗੱਲ ਤਾਂ ਦਿਸ ਤਰ੍ਹਾਂ ਸੀ ਅਲੱਗ ਵਿਧਾ, ਧਿਆਨ ਭਟਕ ਗਿਆ ਤੁਹਾਡਾ, ਆਸੇ ਪਾਸੇ ਦੇਖਣ ਲੱਗ ਗਏ ਜਾਂ ਕੋਈ ਗਾਣਾ ਲੱਭਣ ਲੱਗ ਗਏ ਜਾਂ ਸਿਗਰਟ ਤੁਸੀਂ ਜਗਾਉਣ ਲੱਗ ਗਏ, ਪੋ ਕਾਉਜ਼ਾਰੇ ਇੰਸੀਡੈਂਟੀ ਸਤਰਾਦਾਲੀ, ਹਾਂ ਐਕਸੀਡੈਂਟ ਦਾ ਕਾਰਨ ਬਣ ਸਕਦੇ ਆ, ਪੋ ਕਾਉਜ਼ਾਰੇ ਕਾਰਨ ਬਣ ਸਕਦੇ ਆ ਐਕਸੀਡੈਂਟ ਰੋਡ ਤੇ। ਤਾਂ ਧਿਆਨ ਨਹੀਂ ਤੁਹਾਡਾ ਭਟਕਣਾ ਚਾਹੀਦਾ, ਕੰਸੈਂਟਰੇਸ਼ਨ ਬਣਾ ਕੇ ਰੱਖਣੀ ਹੈ, ਠੀਕ ਹੈ? ਤਾਂ ਉਹੀ ਸਵਾਲ ਹੈ, ਧਿਆਨ ਭਟਕਣ ਦਾ ਐਕਸੀਡੈਂਟ ਦਾ ਕਾਰਨ ਹੋ ਸਕਦਾ। ਕਹਿੰਦਾ ਜਦੋਂ ਤੁਸੀਂ ਕ੍ਰੋਸ ਕਰਦੇ ਆ, ਕਹਿੰਦੇ ਤੁਸੀਂ ਅਤਰਾ ਵੈਰਸਾ ਨੂੰ ਕਰੋਚੋ, ਜਦੋਂ ਤੁਸੀਂ ਚੁਰਾਹਾ ਕ੍ਰੋਸ ਕਰਦੇ ਆ, ਇਹ ਨਿਚਸਾਰੀ ਜ਼ਰੂਰੀ ਹੈ, ਮਨ ਤੇ ਨੇਰੇ ਰੱਖਣਾ, ਮਾਸੀਮਾ ਕੋਨਸੈਂਟ੍ਰੇਸ਼ਨ ਨੇ ਮੈਕਸੀਮਮ ਕੰਸੈਂਟ੍ਰੇਸ਼ਨ ਇਕਾਗਰਤਾ ਬਣਾ ਕੇ ਰੱਖੋ ਗਵੀਦਾ। ਇਹ ਤਾਂ ਵੈਸੇ ਵੀ ਤੁਸੀਂ ਰੋਡ ਤੇ ਬਣਾ ਕੇ ਰੱਖਣੀ ਕੰਸੈਂਟ੍ਰੇਸ਼ਨ, ਚਾਹੇ ਚੁਰਾਹਾ ਹੋਵੇ ਚਾਹੇ ਮੋੜ ਹੋਵੇ ਕੁਛ ਵੀ ਹੋਵੇ, ਤਾਂ ਕੰਸੈਂਟ੍ਰੇਸ਼ਨ ਤਾਂ ਬਣਾ ਕੇ ਰੱਖਣੀ ਹੈ। ਅਗਲਾ ਸਵਾਲ, ਇਹ ਪੈਰੀਕਲੋਜ਼ੋ ਖਤਰਨਾਕ ਹੈ, ਦੇਖੋ ਖਤਰਨਾਕ ਹੈਗੇ ਸਾਰੇ ਕੰਮ, ਖਤਰਨਾਕ ਹੀ ਹੈ, ਵੇਰੋ ਮੰਨ ਕੇ ਚੱਲਣਾ ਇਸ ਚੀਜ਼ ਨੂੰ, ਖਤਰਨਾਕ ਹੈ। ਕੀ ਖਤਰਨਾਕ ਹੈ ਦੇਖ ਲਓ, ਦੁਰਾਂਤੇ ਲਾ ਗਵੀਦਾ, ਗਵੀਦੇ ਦੇ ਦੌਰਾਨ, ਗਵੀਦੇ ਵੇਲੇ ਕੀ ਖਤਰਨਾਕ ਹੈ? ਦਿਸ ਤੋਲੀਅਰੇ ਹਟਾਉਣਾ, ਸਗਵਾਰ ਦੋ ਦੇਖਣਾ, ਦੱਲਾ ਸਤਰਾਦਾ, ਮਤਲਬ ਇੱਥੇ ਨਿਗਾਹ ਹੋ ਗਈ, ਆਪਣਾ ਨਿਗਾਹ ਹਟਾਉਣਾ, ਅਪਰ ਸੱਜੇ ਖੱਬੇ ਦੇਖਣ ਲੱਗ ਗਏ, ਖੇਤ ਦੇਖਣ ਲੱਗ ਗਏ ਹੈ ਨਾ ਕੋਈ ਚੀਜ਼, ਤਾਂ ਹਟਾਉਣਾ ਧਿਆਨ ਰੋਡ ਤੋਂ, ਇਹ ਪੈਰੀਕਲੋਜ਼ ਨਹੀਂ ਧਿਆਨ ਹਟਾਉਣਾ। ਅੰਕੇ ਪੇਰ ਪੋਕੀ ਮਿਲੇ ਸੈਕੋਂਡ ਦੀ, ਕੁਛ ਮਿਲੀ ਸੈਕਿੰਡ ਵੀ ਤੁਸੀਂ ਹਟਾ ਦਿੰਦੇ ਹੈ ਨਾ, ਥੋੜ੍ਹਾ ਜਿਹਾ ਮਤਲਬ ਸਕਿੰਟ ਦੇ ਵੀ ਅਗਲੇ 1000ਵੇਂ ਹਿੱਸੇ ਤੱਕ ਵੀ, ਤਾਂ ਉਹਦੇ ਨਾਲ ਵੀ ਪੈਰੀਕਲੋਜ਼ ਹੋਵੇ, ਇਹ ਨਹੀਂ ਹੈ ਵੀ ਥੋੜ੍ਹੀ ਦੇਰ ਤੁਸੀਂ ਹਟਾ ਲਓ ਤਾਂ ਨਹੀਂ, ਕੀ ਪਤਾ ਅਚਾਨਕ ਕਿਸੇ ਨੇ ਕਿਧਰੋਂ ਆ ਜਾਣਾ, ਤਾਂ ਇਹ ਪੈਰੀਕਲੋਜ਼ ਹੋ, ਅੰਕੇ ਪੇਰ ਮਿਲੇ ਸੈਕੋਂਡ ਦੀ, ਠੀਕ ਹੈ। ਪੇਰ ਪ੍ਰੇਵਨੀਰੇ ਇਲ ਰਿਸਕਿਓ ਦੀ ਇੰਚੀ ਦਿੰਦੀ, ਪੇਰ ਪ੍ਰੇਵਨੀਰੇ ਮਤਲਬ ਬਚਣ ਵਾਸਤੇ, ਪ੍ਰੀਵੈਂਟ ਹੋਣ ਵਾਸਤੇ, ਬਚਣ ਵਾਸਤੇ ਖਤਰੇ ਤੋਂ, ਐਕਸੀਡੈਂਟ ਦੇ ਖਤਰੇ ਤੋਂ ਬਚਣ ਵਾਸਤੇ ਕੀ ਕਰੋ? ਕੁੰਦੂ ਸ਼ੈਨ ਤੇ ਦੋਵਰਾ ਵੱਲ ਉਤਾਰੇ, ਅੰਦਾਜ਼ਾ ਲਾ ਲਵੇ, ਅਤਿੰਤਾ ਮੈਂਤੇ ਧਿਆਨ ਦੇ ਨਾਲ, ਕੰਪੋਰਤਾ ਮੈਂਤੋ ਦਿੱਲੀ ਅਲਤਰੀ ਤੈਂਤੀ, ਦੇਖੋ ਬਾਕੀਆਂ ਦਾ ਵਿਹਾਰ ਹਮੇਸ਼ਾ ਹੀ ਦੇਖਣਾ ਵੀ ਬਾਕੀ ਕੀ ਕਰਦੇ ਪਏ ਆ, ਕਿਉਂਕਿ ਕੋਈ ਬ੍ਰੇਕ ਮਾਰਦਾ, ਕੋਈ ਮੁੜਦਾ ਪਿਆ, ਤਾਂ ਹਮੇਸ਼ਾ ਇਸ ਚੀਜ਼ ਦਾ ਤਾਂ ਕਈ ਥਾਂ 'ਤੇ ਸਵਾਲ ਆਉਂਦਾ, ਕੰਪੋਰਤਾ ਮੈਂਤੋ ਦਿੱਲੀ ਅਲਤਰੀ ਤੈਂਤੀ, ਬਾਕੀ ਵਰਤਣ ਵਾਲੇ ਜਿਹੜੇ ਹੈਗੇ ਆ ਕੋਈ ਵੀ ਰੋਡ ਦੇ ਉੱਪਰ, ਉਹਨਾਂ ਦਾ ਆਪਾਂ ਧਿਆਨ ਵੱਲ ਉਤਾਰੇ ਕਰਨਾ ਹੀ ਕਰਨਾ, ਠੀਕ ਹੈ, ਪਰ ਵਿਸ਼ਵਾਸ ਨਹੀਂ ਕਰਨਾ, ਅਫੀਦਾ ਮੈਂਤੋ ਨਹੀਂ ਸਾਰਿਆਂ 'ਤੇ ਕਰਨਾ, ਉਹ ਸਵਾਲ ਠੀਕ ਹੈ, ਪਰ ਵਿਹਾਰ ਦੇਖਣਾ ਤਾਂ ਹੈ ਹੀ ਹੈ, ਤਾਂ ਠੀਕ ਹੈ ਸਵਾਲ। ਦੁਰਾਂਤੇ ਲਾ ਗਵੀਦਾ ਕੰਦੂਸ਼ਨ ਤੇ ਦੇਵੇ, ਕੀ ਜ਼ਰੂਰੀ ਹੈ ਕੰਦੂਸ਼ਨ ਤੇ ਦੇਵੇ? ਪ੍ਰੈਸ ਤਾਰੇ ਅਤੰਸੀ ਉਹਨੇ ਧਿਆਨ ਕਰ ਲਓ, ਧਿਆਨ ਤਾਂ ਕਰਨਾ ਹੀ ਹੈ, ਵੇਰੋ ਕਰਕੇ ਸੋਲੋ ਸਾਲੋ ਚੈੱਕ ਕਰਨਾ, ਪ੍ਰੈਸ ਤਾਰੇ ਅਤੰਸੀ ਉਹਨੇ ਧਿਆਨ ਦਿਓ, ਅੱਗੇ ਪੜ੍ਹ ਲੈਂਦੇ, ਸੀਆ ਅਕੇਲੀ ਉਤੈਂਤੀ, ਕੀ ਉਹ ਯੂਜ਼ਰ ਜਿਹੜੇ ਤਰੋਵਾਨੋ ਦਵਾਂਤੀ ਅਲਪ੍ਰੋਪਰੀਓ ਵੀਕਲ, ਜਿਹੜੇ ਦਵਾਂਤੀ ਮੋਹਰੇ ਹੈ ਆਪਣੀ ਗੱਡੀ ਦੇ, ਜਿਹੜੇ ਮਿਲਦੇ ਆ ਆਪਣੀ ਮੋਹਰੇ ਗੱਡੀ ਦੇ, ਉਹਨਾਂ 'ਤੇ ਵੀ ਧਿਆਨ ਕਰਨੇ, ਸੀਆ ਅਕਲੋਰੋ ਉਹ ਜਿਹੜੇ ਵੀ ਜਿਹੜੇ ਤਰੋਵਾਨੋ ਆ ਬੋਰ ਦੀ ਦਿਲਾ ਸਤਰਾਦਾ, ਜਿਹੜੇ ਰੋਡ ਦੇ ਕਿਨਾਰਿਆਂ 'ਤੇ ਆ ਬੋਰ ਦੋ 'ਤੇ ਹੈਗੇ, ਸਾਰਿਆਂ 'ਤੇ ਧਿਆਨ ਕਰਨਾ, ਠੀਕ ਹੈ, ਦੇ ਵੀ ਪ੍ਰਸਤਾਰ ਏਜੰਸੀ ਉਹਨੇ ਲਾ ਦਿਸ ਤਰ੍ਹਾਂ ਉਹਨੇ ਧਿਆਨ ਭਟਕਣਾ ਦੁਰਾਂਤੇ ਲਾ ਗਵੀਦਾ, ਜੇ ਧਿਆਨ ਭਟਕਣਾ ਕੀ ਹੈ? ਇਹ ਉਹਨਾਂ ਦਿਲੇ ਪ੍ਰਿੰਸੀਪਾਲੇ ਕਾਊਜ਼ੇ, ਇਹ ਇੱਕ ਮੁੱਖ ਕਾਰਨ ਹੈ ਦੀ ਇੰਸੀਡੈਂਟੀ, ਧਿਆਨ ਭਟਕਣਾ ਹੀ ਸਭ ਤੋਂ ਜ਼ਿਆਦਾ ਐਕਸੀਡੈਂਟ ਦਾ ਕਾਰਨ ਹੈ, ਓਵਰ ਸਪੀਡ ਇੱਕ ਐਕਸੀਡੈਂਟ ਦਾ ਕਾਰਨ ਹੈ ਜਾਂ ਧਿਆਨ ਭਟਕਣਾ, ਦੋ ਹੀ ਚੀਜ਼ਾਂ। ਅੱਛਾ, ਆਹ ਸਵਾਲ ਵੀ ਬੜਾ ਕਈ ਵਾਰ ਭੁਲੇਖਾ ਪੈ ਜਾਂਦਾ, ਸੀਪੋ ਅੱਲੇ ਨਾਰ ਹੁੰਦਾ ਸਿੱਖਣਾ, ਟ੍ਰੇਨਿੰਗ ਲੈਣਾ, ਤੁਸੀਂ ਸਿੱਖ ਸਕਦੇ ਹਾਂ, ਬਸ ਇੰਨਾ ਯਾਦ ਕਰ ਲਓ, ਅਸੀਂ ਹਰ ਚੀਜ਼ ਸਿੱਖ ਸਕਦੇ ਜਦੋਂ ਬੰਦਾ ਸਿੱਖਣ 'ਤੇ ਆ ਜਾਂਦਾ। ਆਪਾਂ ਦੇਖਿਆ ਜਿਹਨਾਂ ਨੂੰ ਬੋਲੀ ਬਿਲਕੁਲ ਵੀ ਨਹੀਂ ਆਉਂਦੀ ਹੈ, ਉਹਨਾਂ ਨੇ ਵੀ ਲਾਇਸੈਂਸ ਕਰ ਲਿਆ, ਕਿਉਂਕਿ ਸਿੱਖ ਸਕਦੇ ਸੀ, ਜਦੋਂ ਸਿੱਖਣ 'ਤੇ ਆ ਜਾਂਦੇ, ਸ਼ੁਰੂ ਕਰੋ ਤਾਂ ਹੌਲੀ ਹੌਲੀ ਰਸਤੇ ਵੀ ਮਿਲਦੇ ਰਹਿੰਦੇ ਆ, ਤਾਂ ਤੁਸੀਂ ਸਿੱਖ ਸਕਦੇ ਹਾਂ, ਬਿਲਕੁਲ ਹਰ ਚੀਜ਼ ਸਿੱਖੀ ਜਾ ਸਕਦੀ ਹੈ, ਸਿੱਖਣ ਵਾਲਾ ਚਾਹੀਦਾ ਬੰਦਾ, ਅਟੈਂਸ਼ਨ ਕਿੱਦਾਂ ਗਵੀਦੇ 'ਤੇ ਬਣਾਈ ਦੀ ਆ, ਕਿੱਦਾਂ ਧਿਆਨ ਬਣਾਈ ਦਾ, ਤਾਂ ਸਿੱਖਿਆ ਕਿੱਦਾਂ ਜਾ ਸਕਦਾ ਇਹਨੂੰ, ਕਿ ਤੁਸੀਂ ਚਲਾਉਣ ਵੇਲੇ ਆਪਣੇ ਜੇ ਕੋਈ ਨੈਵੀਗੇਟਰ ਹੈ ਪਹਿਲਾਂ ਸੈੱਟ ਕਰ ਲਵਾਂਗੇ ਅਸੀਂ, ਹੈ ਨਾ, ਅਤੇ ਸਾਰੀਆਂ ਚੀਜ਼ਾਂ ਅਸੀਂ ਜੋ ਵਿਜੀਬਿਲਟੀ ਆ ਬਣਾ ਕੇ ਪੂਰੀ, ਅਤੇ ਇੱਦਾਂ ਇਹ ਚੀਜ਼ਾਂ ਸਿੱਖੀਆਂ ਜਾ ਸਕਦੀਆਂ, ਇਹਦੇ ਬਥੇਰੇ ਉਹ, ਮਤਲਬ ਚਲਦੇ ਵੇਲੇ ਅਸੀਂ ਫੋਨ ਨਹੀਂ ਯੂਜ਼ ਕਰਨਾ, ਇਹ ਚੀਜ਼ ਵੀ ਸਿੱਖ ਲਈ ਹੈ, ਅਤੇ ਸਿਗਰਟ ਨਹੀਂ ਚਗਾਉਣੀ, ਧਿਆਨ ਆਸੇ ਪਾਸੇ ਆ ਪੜ੍ਹੀ ਜਾਂਦੇ ਵੀ, ਇਹ ਸਾਰੇ ਉਹੀ ਤਾਂ ਹੈ, ਤਾਂ ਤੁਸੀਂ ਸਿੱਖ ਸਕਦੇ ਹਾਂ, ਅੱਲੇ ਨਾਰੇ ਟ੍ਰੇਨਿੰਗ ਲੈ ਸਕਦੇ ਹਾਂ, ਸਿੱਖ ਸਕਦੇ ਹਾਂ, ਬਿਲਕੁਲ ਸਿੱਖਿਆ ਜਾ ਸਕਦਾ ਵੀਰੋ ਸਵਾਲ।
अच्छा कोंदूशन ते पो ड्राइवर सकदा है दिस तोलिए रे हटा सुगवार दो देखना यानी कि निगाह हटा सकदा है दल अस्त्रा दा अपा पढ़े सी हटा नहीं सकदा चाहे थोड़े सेकंड दा एक अंदा पो दिस तोलिए रे सुगवार दो नहीं हटा सकदा जदों थानू लगदा कि कोई आने वाला खतरा नहीं है ताकि ज्यादा पढ़ने की लोड़ नहीं नॉन ए पेरिकुलो इमीनेंटे कोई आने वाला खतरा नहीं है रोड खाली है तो तुम हटा ध्यान हटा सकते फिर भी नहीं हटा सकते कंपोर्टामेंटो दिल्ली अल त्रियुतेंती दल अस्त्रा दा बाकियां दा बिहार देखना ना सी एक अंदर ए इन इन्फ्लुएंटे इन्फ्लुएंटे दा हुंदा प्रभाव पैंदा है इफेक्ट पैंदा है इन इन्फ्लुएंटे प्रभाव नहीं पैंदा कोई फर्क नहीं पैंदा बाकियां दे बिहार दा कोई फर्क नहीं पैंदा असी कहने बाकियां दे बिहार दा भी फर्क पैंदा ये कौन की करदा यही तो असी देखना है तां प्रभाव नहीं पैंदा सवाल गलत कंदूशन ते पो ड्राइवर सकदा है नॉन तेनेरे कौन तो ध्यान रखने की लोड़ नहीं तां पढ़िया होया नॉन निचे सारी और नॉन अकोरे नॉन नेसरे उजर वातो पिछले वीडियो पढ़े सी ना मनो नॉन तेनेरे कौन तो ध्यान च ना रखो ये सारे सवाल गलती है तो ड्राइवर रह सकता है ध्यान च ना रखे कंपोर्टामेंट तो दिल्ली अलतरी बाकियों का बिहार ध्यान च ना रखे नॉन तेनेरे कौन तो ध्यान च ना रखे गलत सवाल जे कहता वो कानून की पालना नहीं कर रहे ना फिर थोड़ा ध्यान रखना फिर तो समझ के ज्यादा ध्यान करना पैना कोई कानून की पालना नहीं कर रहा सज्जे दे बलाए सज्जी साइड दे जाने के बजाय खब्बी साइड चलाई जाता पाया तो ध्यान नहीं करना पैना जो कहता कानून की पालना नहीं करता पाया गलत जो करना कंदूशन ते देवे कौंचन त्रासी हाँ कंसनट्रेट तो करना है गलत ठीक है सवाल सवेर होना चाहिए कौंचन त्रासी कंसनट्रेट करे प्री वालेंते मेनते होंगे मुख तौर पर मेन गल मेन किस गल ते ध्यान करे सुल त्रातो दी स्त्रादा नॉन सुपरियोरे त्रे मैत्रे 3 मीटर तो ज्यादा ना होवे अंति स्थान ते मोरे इलस वो व्हीकल अगली अपनी गड्डी तो 3 मीटर अगे तक तो ज्यादा ना ध्यान करे नहीं 3 मीटर नहीं असी कहने ने अंके इन लोन तनन सा दूर तक ध्यान रखना है सिर्फ अगली गड्डी तक भी रखना भी सवाल आंदा है तो मुख्य तौर पर सिर्फ 3 मीटर अगे नहीं गलत सवाल अटेंशन आला गविदा ए इंपोर्टेंट अटेंशन गविदे दी इंपोर्टेंट है बिल्कुल सही गल है पर सवाल फालसो क्यों है क्योंकि जो सोलो कहता सिर्फ उदो ही ध्यान जरूरी है जो कंपियानो मनोवरे पेरीकुलोज दे जब तुम कंप्लीट करते हो कोई मनोवरा खतरनाक जिदा कि ओवरटेक उदो ही ध्यान करना है नहीं खाली रोड से भी तुम ध्यान करना है ये कोई गल नहीं सोलो की तो इन रिपीट करके तो इदा ही फिर आप अगला बना लेंगे 925 नंबर कुंदो सी अत्रा वैरसा इनक्रोचो फिर जरूरी की है मन ते नेरे रखना मासीमा कॉन्चेंट्रेशन ने बिल्कुल ही तरखना रखना है ला डिस्ट्रेक्शन ने दरांते लग भी दा ध्यान भटकना है उना दे ले प्रिंसिपले काउज मुख्य कारण है एक्सीडेंट दा ध्यान भटकना डिस्ट्रासी अलग भी दा ध्यान भटकना पो काउज आ रे इंसिडेंटी श्रद्धाली एक्सीडेंट हो सकदा है हुन मैं इत्थे तक ते वीरो करदा पिया कि चेक कर लियो हमेशा कि कोई सोलो तां नहीं का जिदा ग्रावे कॉन्सिक्वेंस उहदे माड़े खतरनाक परिणाम हुंदे उहदे मेन तुहाडा सवाल इत्थे तक ही वीर हुंदा पिया अच्छा अटेंशन अलग भी दा है इंपोर्टेंट बिल्कुल इंपोर्टेंट है पर हमेशा सुन के चेक जरूर करना सोलो नहीं हमेशा इंपोर्टेंट है सीपो अले नारे तो सीख सकते हैं बिल्कुल हर चीज सीखी जा सकती है अगे कुछ नहीं है फिर प्रिवनीरे इल रिस्क्यो दी चीज दी एक्सीडेंट तो बचने वास्ते प्रिवेंट होने वास्ते फिर की है कंदूशन ते दोबरा वाल उतारे अंदाजा लावे कादा अत्यंता मैं ध्यान दे नाल कंपोर्टामेंटो दिल्ली अलते उतनती हाँ बाकी दा ध्यान करांगे कंदूशन ते सकदा है नॉन तेनेरे कौन तो ध्यान च ना रखे क्यों ना ध्यान च रखे हर चीज ध्यान च करनी है कंपोर्टामेंटो दिल्ली अलतरी तैंती हाँ बाकियों का बिहार बिल्कुल ए इन इनफ्लुएंते कोई फर्क नहीं पैंता इन इनफ्लुएंते नहीं है गलत सवाल है कंदूशन ते पो सकता है दिस तोली रे हटा सगवार दो देखना स्त्रादे तो हटा सकता है नहीं हटा सकता कोई किसी भी हालात नहीं हटा सकता अगले पढ़ने की लड़ ही नहीं कंदूशन ते देवे कॉन्चेंट्रार सी बिल्कुल कंसनट्रेट करना है मुख्य तौर पर ठीक है सुलतरातो की स्त्रादा यह तो ठीक कंसनट्रेट करे पर नॉन सुपरियोरे त्रे मैत्री मोहरे नहीं नॉन सुपरियर तेरी मतलब नहीं इतों गलत हो गया ए पेरिकोलोजो खतरनाक है सारे सवाल वेरो ही है खतरनाक है पढ़ लो अगे दिस तोली रे सुगवार दो दल अस्तरा ध्यान हटाना वेरो दा वेरो रह गया अंके पेर इतने सोलो पेर जो किस कहते फिर सवाल गलत होना सी ना तो अंके पेर पोकी थोड़े सैकंड का भी हो जाए तो खतरनाक है खतरनाक है दुरानते लग भी दा कंदूशन ते देवे प्रस्तारे अटेंशन ने ध्यान कर लवे ये तो ठीक है ध्यान कर लवे बस चेक करो अगे सो सी आके जड़े दवंती अलपोप्रिय वीकलो सी आके बोर दो सोलो साल तो या माँ कोई आया नहीं सोलो माँ मेंत्रे 3 वर्ड है जड़े किसी सही गल नूं गलत कर देंगे तो जो ध्यान करो पर सोलो कह दे या माँ कह दे या मेंत्रे कह दे ये मतलब तो पर शर्त लाने शर्त नहीं हैगी तो यह मेरे हिसाब से क्लीयर हो गया करेक्ट जी तो यह हो गया 925 नंबर इदा ही 926 नंबर करा
ਦੇਖ ਕਰਕੇ ਥੋੜ੍ਹੇ ਮੈਨੂੰ ਲੱਗਦਾ ਵੀ ਜ਼ਰੂਰ ਇਹ ਸਵਾਲ ਕੁਛ ਆਉਂਦੇ ਵੀ ਸਕੈਦਿਆਂ 'ਚ ਘੱਟ ਸ਼ੋਅ ਹੁੰਦੇ ਜ਼ਿਆਦਾਤਰ ਇਹ, ਪਰ ਇੱਕ ਦੋ ਸਵਾਲ ਜ਼ਰੂਰ ਐਗਜ਼ਾਮ ਦੇ ਵਿੱਚ ਆਉਂਦੇ ਆ, ਤਾਂ ਥੋੜ੍ਹਾ ਜਿਹਾ ਮਿਹਨਤ ਕਰੋ, ਯਾਦ ਕਰੋ ਅਤੇ ਹੋ ਜਾਊਗਾ, ਰੱਟਾ ਪਾ ਜਾਊਗਾ। ਓਕੇ ਜੀ, ਬਹੁਤ ਬਹੁਤ ਧੰਨਵਾਦ, ਮਿਲਦੇ ਹਾਂ ਅਗਲੀ ਕਲਾਸ 'ਚ।